ਇੰਦਰਾ ਗਾਂਧੀ ਜੀ, ਉਸਦਾ ਆਪਣਾ ਪਰਿਵਾਰ ਦਾ ਜਿਹੜਾ ਪਕੜ ਢਿੱਲੀ ਪੈ ਰਹੀ ਸੀ, ਔਰ ਉਹ ਚਾਹੁੰਦੀ ਸੀ ਕਿ ਮੈਂ ਐਸਾ ਕੋਈ ਕਾਰਨਾਮਾ ਕਰਾਂ ਕਿ ਜਿਹਦੇ ਨਾਲ ਇਹ ਹਿੰਦੂ ਸਮਝਣ ਕਿ ਇਹ ਸਾਰਿਆਂ ਤੋਂ ਵੱਡੀ ਹਿੰਦੂ ਦੁਰਗਾ ਹੈ। ਨੇਤਾ ਦੇ ਤੌਰ 'ਤੇ ਉੱਭਰ ਕੇ ਬਾਅਦ ਦੇ ਵਿੱਚ ਉਹੀ ਹੋਇਆ। ਜੀ 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 ਸਰ ਜੀ, ਅਤੇ ਬੀਂਗ ਏ ਜਰਨਲਿਸਟ ਜਿਹੜਾ ਹੈਗਾ, ਬੇਸ਼ੱਕ ਤੁਸੀਂ ਥੋੜ੍ਹਾ ਪਛੜ ਕੇ ਬਾਅਦ ਦੇ ਵਿੱਚ ਉੱਥੇ ਗਏ, ਪਰ ਕਿਉਂਕਿ ਉਸ ਦੌਰ ਦੇ ਸਾਰੇ ਲੋਕਾਂ ਨੂੰ ਮਿਲਦੇ ਰਹੇ ਹੋ, ਦੇਖਦੇ ਰਹੇ ਹੋ, ਮਾਹੌਲ ਦੇਖਿਆ ਜਿਹੜਾ ਹੈਗਾ, ਉਹ ਸਾਰਾ ਕੁਝ ਵਾਪਰਿਆ ਜਿਹੜਾ ਹੈਗਾ, ਤੁਸੀਂ ਉਹਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ? ਮੇਰਾ ਥੋੜ੍ਹਾ ਜਿਹਾ ਜਿਹੜੀ ਗੱਲ ਸਰਦਾਰ ਗੁਰਤੇਜ ਸਿੰਘ ਗੱਲ ਕਰ ਰਿਹਾ, ਮੈਂ ਉਹ ਉਸੇ ਨੂੰ ਅੱਗੇ ਕਰਦਾ ਹੋਇਆ, ਉਹ ਇਹ ਹੈ ਕਿ ਜੋ ਜੂਨ 84 ਦਾ ਜਿਹੜਾ ਫੌਜ ਦਾ ਹਮਲਾ ਦਰਬਾਰ ਸਾਹਿਬ 'ਤੇ ਹੋਇਆ ਜੀ, ਉਹ ਇੱਕ ਕੜੀ ਸੀ ਜਿਹੜੀ ਹਿੰਦੁਸਤਾਨੀ ਰੂਲਿੰਗ ਅਲੀਟ ਜਿਹੜੀ ਹੈ ਉਹਦਾ ਇੱਕ ਡੈਡਲੀ ਪੋਲੀਟਿਕਸ ਜਿਹੜੀ ਉਹਨੇ ਸਾਰੇ ਦੇਸ਼ 'ਚ ਅਨਲੀਸ਼ ਕੀਤੀ, ਔਰ ਉਹ ਅੱਜ ਨਜ਼ਰ ਵੀ ਆ ਰਹੀ, ਔਰ ਉਸ ਰੂਲਿੰਗ ਅਲੀਟ ਨੇ ਜਿਹੜੇ ਹੈਗੇ ਆ ਮਜੋਰਟੀਜ਼ਮ ਦੇ ਵਿੱਚ ਨੂੰ ਫਰਦਰ ਕਰਨ ਵਾਸਤੇ ਉਹ ਉਸ ਵੇਲੇ ਜਿਸ ਤਰ੍ਹਾਂ ਗੱਲ ਕੀਤੀ ਬਈ ਮਾਈਨੋਰਿਟੀ ਔਰ ਜਿਹੜੀ ਡਿਸੈਂਟਿੰਗ ਵੋਇਸ ਜਿਹੜੀ ਉਸ ਨੂੰ ਦਬਾਉਣ ਵਾਸਤੇ ਕਿਸ ਤਰ੍ਹਾਂ ਕਿਹੜੇ ਹਥਕੰਡੇ ਯੂਜ਼ ਕੀਤੇ ਜਾ ਸਕਦੇ ਆ। ਦੇਸ਼ ਦੇ ਵਿੱਚ ਜਿਹੜਾ ਇਹ ਸੀਗਾ ਪਹਿਲੀ ਵਾਰ ਜਿਹੜਾ ਸੀ, ਤੁਸੀਂ ਜਿਹੜਾ ਨੌਰਥ ਈਸਟ ਨੂੰ ਛੱਡ ਕੇ ਜਾਂ ਕਿਤੇ ਕਸ਼ਮੀਰ ਦੇ ਕੁਛ ਹਿੱਸੇ ਨੂੰ ਛੱਡ ਕੇ ਜਿਹੜੀ ਫੌਜ ਜਿਹੜੀ ਹੈ ਉਹ ਸਿਵਿਲੀਅਨਸ ਦੇ ਉੱਤੇ ਇੰਨੀ ਬੁਰੀ ਤਰ੍ਹਾਂ ਯੂਜ਼ ਕੀਤੀ ਜਾਵੇ, ਇੱਕ ਰਿਲੀਜੀਅਸ ਇੱਕ ਸਾਈਟ ਦੇ ਉੱਤੇ ਯੂਜ਼ ਕੀਤੀ ਜਾਵੇ, ਪਹਿਲਾ ਮੌਕਾ ਸੀ। ਔਰ ਜਿਹੜਾ ਸੀਗਾ ਅੰਮ੍ਰਿਤਸਰ ਔਰ ਖਾਸ ਤੌਰ 'ਤੇ ਔਰ ਪੰਜਾਬ ਜਿਹੜਾ ਆਮ ਤੌਰ 'ਤੇ ਇੱਕ ਲੈਬੋਰਟਰੀ ਦੀ ਤਰ੍ਹਾਂ ਯੂਜ਼ ਕੀਤਾ ਗਿਆ ਉਸ ਦਿਨ ਦੇ ਵਿੱਚ, ਜਿਹੜੀ ਉਹ ਡੈਡਲੀ ਫਾਰਮ ਆਫ ਪੋਲੀਟਿਕਸ ਸੀਗੀ ਜਿਹਦੇ ਵਿੱਚ ਜਿਹਦਾ ਅੱਜ ਹੁਣ ਵਾਰ ਔਨ ਟੈਰਰ ਵੀ ਬਣਾਉਂਦੇ ਨੇ ਸਾਰੇ ਦਾ ਸਾਰਾ, ਉਹ ਕਿਸ ਤਰ੍ਹਾਂ ਤੁਸੀਂ ਕਿਸੇ ਨੂੰ ਏਲੀਨੇਟ ਕਰਕੇ ਦੂਜੇ ਨੂੰ ਨਾਲ ਲਾਇਆ ਜਾ ਸਕਦਾ, ਔਰ ਉਹਦੇ ਬਹੁਤ ਜਿਹੜੀ ਹੈਗੀ ਹਿੰਦੁਸਤਾਨ ਦੀ ਟੋਟਲ ਸਿਆਸਤ ਦੇ ਉੱਤੇ ਉਹਦੇ ਮਾੜੇ ਨਤੀਜੇ ਵੀ ਨਿਕਲੇ।